ਲੁਧਿਆਣਾ ਉੱਤਰੀ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਦੇ ਵਿੱਚ ਐਮਪੀ ਰਵਨੀਤ ਸਿੰਘ ਬਿੱਟੂ ਨੇ ਪਾਂਡੇ ਨਾਲ ਉਹਨਾਂ ਦੇ ਨਿਵਾਸ 'ਚ ਬੈਠਕ ਕੀਤੀ ਅਤੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਚਲਾਈ ਜਾ ਰਹੀ ਇਹੋ ਜਿਹੀਆਂ ਖਬਰਾਂ ਨੂੰ ਗਲਤ ਦੱਸਦਿਆਂ ਉਸ ਦਾ ਖੰਡਨ ਕੀਤਾ। ਐਮਪੀ ਬਿੱਟੂ ਨੇ ਕਿਹਾ ਕਿ ਪਾਂਡੇ ਪਰਿਵਾਰ ਨੇ ਦੇਸ਼ ਅਤੇ ਪਾਰਟੀ ਦੀ ਵਿਚਾਰਧਾਰਾ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ ਹੈ। ਇਹੋ ਜਿਹੇ ਵਿਅਕਤੀ ਦਾ ਕਾਂਗਰਸ ਨੂੰ ਛੱਡਣ ਦਾ ਸਵਾਲ ਹੀ ਨਹੀਂ ਉੱਠਦਾ। ਉਹਨਾਂ ਕਿਹਾ ਕਿ ਉਹ ਇੱਥੇ ਉੱਤਰੀ ਵਿਧਾਨ ਸਭਾ ਖੇਤਰ 'ਚ ਮੀਟਿੰਗ ਨੂੰ ਲੈ ਕੇ ਰਾਕੇਸ਼ ਪਾਂਡੇ ਨਾਲ ਚਰਚਾ ਕਰਨ ਪੁੱਜੇ ਨੇ। ਉਹਨਾਂ ਨੇ ਉਸ ਨਿੱਜੀ ਚੈਨਲ ਦੀ ਵੀ ਨਿੰਦਾ ਕੀਤੀ ਜਿਸ ਨੇ ਐਸੀ ਖਬਰ ਨੂੰ ਚਲਾਇਆ ਹੈ। ਪਾਂਡੇ ਜੀ ਨੇ ਹਮੇਸ਼ਾ ਇਹ ਗੱਲ ਕਹੀ ਤੁਹਾਡੇ ਚੈਨਲਾਂ ਤੇ ਵੀ ਜਿਹਨੂੰ ਪਾਰਟੀ ਟਿਕਟ ਦੇਵੇਗੀ ਅਸੀਂ ਉਸ ਪਾਰਟੀ ਦੇ ਸਿਪਾਹੀ ਹਾਂ ਅਤੇ ਸਿਪਾਹੀ ਦੇ ਤੌਰ 'ਤੇ ਪਾਰਟੀ ਦੇ ਨਾਲ ਚੱਲਣਾ। ਜਿਵੇਂ ਅਸੀਂ ਹਰ ਰੋਜ਼ ਮੀਟਿੰਗਾਂ ਕਰਦੇ ਹਾਂ ਹਰ MLA ਸਾਹਿਬਾਨਾਂ ਨਾਲ, ਜਿਵੇਂ ਰੋਜ਼ ਮੀਟਿੰਗਾਂ ਚੱਲਦੀਆਂ ਵੀ ਕਿਵੇਂ ਇਲਾਕੇ ਦਾ ਪ੍ਰੋਗਰਾਮ ਬਣਨਾ ਹੈ, ਅਤੇ ਉਹ ਪ੍ਰੋਗਰਾਮ ਆ ਜਿਹੜਾ ਅੱਜ ਸਾਰੇ ਕੌਂਸਲਰ ਸੱਦ ਕੇ ਉਹ ਮੀਟਿੰਗਾਂ ਜਿਹੜੀ ਅੱਜ ਪਾਂਡੇ ਜੀ ਨੇ ਕੀਤੀ ਹੈ। ਪਰ ਹਾਂ, ਇੱਕ ਚੈਨਲ 'ਤੇ ਹੁਣੀ ਸਾਨੂੰ ਪਤਾ ਲੱਗਿਆ ਵੀ ਇਹ ਗੱਲ ਚੈਨਲ 'ਤੇ ਚੱਲ ਰਹੀ ਸੀ। ਇਹ ਪਰਿਵਾਰ ਉਹ ਪਰਿਵਾਰ ਆ ਜਿਹਨੇ ਪਾਰਟੀ ਖਾਤਰ, ਦੇਸ਼ ਖਾਤਰ, ਕੌਮ ਖਾਤਰ ਆਪਣਾ ਖੂਨ ਦਾ ਕਤਰਾ ਕਤਰਾ ਡੋਲਤਾ, ਅਤੇ ਤੁਸੀਂ ਸੋਚ ਸਕਦੇ ਹੋ ਵੀ ਇਹ ਪਾਰਟੀ ਛੱਡ ਕੇ ਕਿਸੇ ਪਾਰਟੀ ਜਾਣਗੇ। ਮੈਂ ਸਮਝਦਾ ਇਹ ਮੰਦਭਾਗੀ ਗੱਲ ਆ, ਇਹ ਜਿਹੜੀ ਗਮਰਾਹ ਕਰਨ ਵਾਲੀ ਜਿਹਨੇ ਗੱਲ ਚਲਾਈ ਆ, ਅਸੀਂ ਤਾਂ ਅੱਜ ਆਪਣੇ ਹਲਕੇ ਦਾ ਪ੍ਰੋਗਰਾਮ ਬਣਾਉਣ ਆਏ ਹੋਏ ਹਾਂ, ਅਤੇ ਜਿਹਨੇ ਜਾਨ ਕੁਰਬਾਨੀ ਦਿੱਤੀ ਹੋਵੇ ਪਾਰਟੀ ਲਈ, ਤੁਸੀਂ ਸੋਚ ਸਕਦੇ ਹੋ ਵੀ ਉਹਦਾ ਪੁੱਤ 6 ਵਾਰ ਜਿਹੜਾ ਪਾਰਟੀ ਦਾ MLA ਰਿਹਾ ਹੋਵੇ, ਉਹ ਆਪਣੀ ਪਾਰਟੀ ਤੋਂ ਪਾਰਟੀ ਮਾਂ ਹੁੰਦੀ ਆ, ਉਹ ਪਾਰਟੀ ਨੂੰ ਛੱਡ ਕੇ ਕਦੇ ਕਿੰਤੂ ਪਰੰਤੂ ਹੋ ਸਕਦਾ ਹੈ? ਇਸ ਕਰਕੇ ਇਹ ਗਲਤ ਗੱਲ ਕੀਤੀ ਹੈ ਕਿਸੇ ਨੇ। ਅੱਜ ਵੀ ਮੈਂ ਤੁਹਾਨੂੰ ਕਹਿਣਾ, ਪਾਂਡੇ ਜੀ ਖੜੇ ਆ, ਸਭ ਤੋਂ ਵੱਧ ਲੀਡ ਪਿਛਲੀ ਵਾਰ ਵੀ ਨੌਰਥ 'ਚੋਂ ਸੀ ਕਾਂਗਰਸ ਪਾਰਟੀ ਦੀ, ਇਸ ਵਾਰ ਵੀ ਮੇਰੀ ਵਾਰੀ ਆ ਇਲੈਕਸ਼ਨ ਆ ਜਿਹੜੀ ਸਭ ਤੋਂ ਵੱਧ ਲੀਡ ਆ ਜਿਹੜੀ ਉਹ ਪਾਂਡੇ ਜੀ ਦੇ ਹਲਕੇ ਨੌਰਥ 'ਚ ਰਹੇਗੀ, ਇਹ ਤੁਹਾਡੇ ਮੂਹਰੇ ਸਾਬਤ ਹੋ ਜਾਏਗਾ। ਚੈਨਲ ਕੁਛ ਵੀ ਚਲਾ ਸਕਦੇ ਆ, ਆਜ਼ਾਦ ਨੇ ਚੈਨਲ, ਪਰ ਪਾਂਡੇ ਜੀ ਮੂਹਰੇ ਖੜੇ ਆ ਤੁਹਾਡੇ, ਇਹ ਵੀ ਕਿਉਂ ਚਲਾਈ, ਕਿਹਨੇ ਚਲਾਈ, ਇਹਦੇ ਪਿੱਛੇ ਕੀ ਮਨਸੂਬੇ ਆ, ਕਿ ਕੋਈ ਓਪੋਜੀਸ਼ਨ ਪਾਰਟੀਆਂ ਕੀ ਇਹਦੇ ਪਿੱਛੇ ਕਰ ਰਹੀਆਂ ਖੇਡ, ਉਹ ਗੱਲਾਂ ਅਲੱਗ ਨੇ, ਪਰ ਤੁਸੀਂ ਪਾਂਡੇ ਜੀ ਬੁਰੇ ਕੜੇ ਨੇ। ਉੱਥੇ ਹੀ ਰਾਕੇਸ਼ ਪਾਂਡੇ ਨੇ ਆਪਣੇ ਅਕਾਲੀ ਦਲ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਹਾ ਕਿ ਇਹ ਕਦੇ ਵੀ ਨਹੀਂ ਹੋ ਸਕਦਾ। ਉਹਨਾਂ ਦੇ ਪਾਰਟੀ 'ਚ ਗਿਲੇ ਸ਼ਿਕਵੇ ਨੇ, ਪਰ ਨਾਰਾਜ਼ਗੀ ਨਹੀਂ। ਉਹਨਾਂ ਕਿਹਾ ਕਿ ਉਹ ਕਾਂਗਰਸ ਲਈ ਪੂਰੀ ਤਰ੍ਹਾਂ ਨਾਲ ਪ੍ਰਚਾਰ ਕਰਨਗੇ ਅਤੇ ਇਹੋ ਜਿਹੇ ਚੈਨਲ ਦੀ ਨਿੰਦਾ ਕਰਦੇ ਹਨ। ਮੈਂ ਕਦੇ ਕਿਹਾ ਵੀ ਮੇਰੀ ਨਾਰਾਜ਼ਗੀ ਹੈ ਕਿਸੇ ਨਾਲ? ਗਿਲਾ ਜ਼ਰੂਰ ਹੈਗਾ, ਮੈਂ ਅੱਜ ਵੀ ਕਹਿੰਦਾ ਗਿਲਾ ਸੀਗਾ, ਗਿਲਾ ਤਾਂ ਚੱਲਦਾ ਰਹਿੰਦਾ ਨਾ ਜਿੱਥੇ ਕਿਤੇ, ਫਿਰ ਨਹੀਂ ਆਪਸ ਵਿੱਚ ਖਿਆਲਾਂ ਮਿਲਣਗੇ ਤਾਂ ਅਸੀਂ ਇੱਕ ਦੂਸਰੇ ਨੂੰ ਕਵਾਂਗੇ ਤਾਂ ਸਹੀ ਨਾ ਵੀ ਆਹ ਗੱਲ ਗਲਤ ਹੈਗੀ ਆ। ਪਰ ਗਿਲਾ ਤਾਂ ਮੈਂ ਹੁਣ ਵੀ ਕਹਿੰਦਾ, ਮੇਰਾ CM ਸਾਹਿਬ ਨਾਲ ਵੀ ਸੀਗਾ ਹੈਗਾ, ਗਿਲਾ ਅੱਜ ਵੀ CM ਸਾਹਿਬ ਨਾਲ ਹੈਗਾ ਵਾ, ਪਰ ਲੜਾਈ ਨਹੀਂ ਕੋਈ ਵੀ ਕਿਸੇ ਵੀ ਗੱਲ ਦੀ, ਜਿੱਥੇ ਕਿਤੇ ਖਿਆਲਾਂ ਤਾਂ ਨਹੀਂ ਮਿਲਦੇ ਹੈਗੇ ਕਿਸੇ ਨਾਲ ਵੀ, ਹੋਣ ਚਾਹੇ ਮੈਂ ਆਪਣੀ ਗੱਲ ਜ਼ਰੂਰ ਕਹਾਂਗਾ ਔਰ ਸਾਰਿਆਂ ਨੂੰ ਪਤਾ ਵੀ ਮੈਂ ਆਪਣੀ ਗੱਲ ਕਲੀਅਰਲੀ ਕਹਿੰਦਾ ਹੁੰਦਾ ਵਾ, ਮੈਂ ਕਦੇ ਜੇ ਤੁਸੀਂ ਸਾਰਿਆਂ ਨੇ ਭੇਜ ਰਹੇ ਤਾਂ ਸ਼ਾਇਦ ਮੈਂ ਜ਼ਰੂਰ ਜਾ ਰਿਹਾ, ਮੈਂ ਤਾਂ ਨਹੀਂ ਜਾ ਰਿਹਾ ਨਾ ਮੇਰਾ ਪਰਿਵਾਰ ਜਾ ਰਿਹਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।